ਇਹਨਾਂ ਸਭਾਵਾਂ ਵਿੱਚ ਵੱਡੀ ਪੱਧਰ 'ਤੇ ਇੰਟਰਨੈਸ਼ਨਲ ਪੰਥਕ ਦਲ ਦੇ ਵਰਕਰਾਂ ਨੇ, ਜ਼ਿਲ੍ਹਾ ਇਕਾਈਆਂ ਨੇ, ਵਿਦੇਸ਼ ਦੀਆਂ ਇਕਾਈਆਂ ਨੇ ਬੜੀ ਵੱਡੀ ਪੱਧਰ 'ਤੇ ਸੇਵਾ ਕੀਤੀ ਹੈ। ਬਹੁਤ ਦਿਨ ਲਗਭਗ ਡੇਢ ਮਹੀਨਾ ਦਸਤਾਰਾਂ ਸਜਾਉਣ ਦੀ ਸੇਵਾ ਵੀ ਨਾਲ ਚਲਾਈ ਗਈ ਅਤੇ ਨਾਲ ਨਾਲ ਸੰਗਤਾਂ ਨੇ ਜਿੱਥੇ ਲੰਗਰ ਦੀ ਸੇਵਾ ਵਿੱਚ ਵੱਡਾ ਹਿੱਸਾ ਪਾਇਆ, ਲੰਗਰ ਦੀਆਂ ਸੇਵਾਵਾਂ ਚੱਲੀਆਂ। ਸੋ ਇੱਥੇ ਦਾਸ ਇਹ ਵੀ ਦੱਸਣਾ ਚਾਹੁੰਦਾ ਹੈ ਕਿ ਸਭ ਤੋਂ ਵੱਡੀ ਜਿਹੜੀ ਸਮੱਸਿਆ ਇੱਥੇ ਪਾਣੀ ਦੀ ਸੀ, ਉਹ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਵਾਸਤੇ ਸੋ ਦਾਸ ਦੀ ਬਾਹਰਲੀਆਂ ਇਕਾਈਆਂ ਦੇ ਨਾਲ ਵੀ ਗੱਲਬਾਤ ਹੋਈ ਕਿ ਬੜੀ ਵੱਡੀ ਪੱਧਰ 'ਤੇ ਪਾਣੀ ਦੀ ਲਾਗਤ ਹੈ, ਇਸ ਵਾਸਤੇ ਇੱਥੇ ਜੋ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ, ਸੋ ਪੀਣ ਵਾਲਾ ਪਾਣੀ ਆਰੋ ਲਾ ਕੇ, ਸੋ ਮੋਟਰਾਂ ਲਾ ਕੇ, ਵੱਡੀਆਂ ਟੈਂਕੀਆਂ ਰੱਖ ਕੇ ਸਾਰਾ ਪ੍ਰਬੰਧ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਕੀਤਾ ਗਿਆ ਹੈ, ਤਾਂ ਕਿ ਹੋਰ ਲੰਗਰਾਂ ਵਾਲੇ ਵੀਰ ਵੀ ਆ ਕੇ ਇੱਥੋਂ ਪਾਣੀ ਦੀ ਮਦਦ ਲੈ ਸਕਣ। ਵੈਸੇ ਤਾਂ ਵੱਖ ਵੱਖ ਨਗਰਾਂ ਵੱਲੋਂ, ਸੰਗਤਾਂ ਵੱਲੋਂ ਪਾਣੀ ਦੀ ਵੱਡੀ ਸੇਵਾ ਵੈਸੇ ਪੈਕਿੰਗ ਰੂਪ ਦੇ ਵਿੱਚ ਵੀ ਬਹੁਤ ਆ ਰਹੀ ਸੀ, ਪਰ ਇਹਦੇ ਨਾਲ ਜਿਵੇਂ ਜਿਵੇਂ ਥੋੜ੍ਹੀ ਜਿਹੀ ਗਰਮੀ ਵਧੀ ਆ, ਉਸ ਢੰਗ ਦੇ ਨਾਲ ਪਾਣੀ ਪੂਰਾ ਨਹੀਂ ਸੀ ਆ ਰਿਹਾ। ਸੋ ਹੁਣ ਸਤਿਗੁਰੂ ਦੀ ਕਿਰਪਾ ਦੇ ਨਾਲ ਖੁੱਲ੍ਹਾ ਪਾਣੀ ਵਰਤਿਆ ਜਾ ਸਕਦਾ ਹੈ, ਸਤਿਗੁਰੂ ਨੇ ਰਹਿਮਤ ਕੀਤੀ ਹੈ। ਸੋ ਇਹਦੇ ਨਾਲ ਹੀ ਲੰਗਰ ਦੀ ਸੇਵਾ ਦੇ ਨਾਲ ਨਾਲ ਜੋ ਮੈਡੀਕਲ ਕੈਂਪ ਚੱਲ ਰਿਹਾ ਹੈ, ਮੈਡੀਕਲ ਕੈਂਪ ਦੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਸੇਵਾਵਾਂ ਨਿਭਾਉਂਦਿਆਂ ਡਾਕਟਰਾਂ ਨੇ ਬੜੀ ਵੱਡੀ ਪੱਧਰ 'ਤੇ ਸੇਵਾ ਨਿਭਾਈ ਹੈ। ਸੋ ਨਾਲ ਹੀ ਸੋ ਸੰਗਤਾਂ ਦੀ ਸਹੂਲਤ ਵਾਸਤੇ ਇੱਥੇ ਬਾਬਾ ਸਤਨਾਮ ਸਿੰਘ ਜੀ ਬਲੀਆਂ ਵਾਲਾ, ਜਿਨ੍ਹਾਂ ਦੀ ਇਸ ਮੋਦੀਖਾਨੇ ਦੇ ਵਿੱਚ ਵਿਸ਼ੇਸ਼ ਤੌਰ 'ਤੇ ਸੇਵਾ ਹੈ, ਸਾਰੇ ਲੰਗਰ ਨੂੰ ਬਣਾਉਣਾ, ਪਕਾਉਣਾ, ਸਾਂਭਣਾ, ਦਿਨ ਰਾਤ ਇੱਥੇ ਸੇਵਾ ਕਰਨੀ, ਇਹ ਵੱਡੀ ਪੱਧਰ 'ਤੇ ਸਤਿਕਾਰਯੋਗ ਬਾਬਾ ਸਤਨਾਮ ਸਿੰਘ ਜੀ ਜੋ ਸਾਡੇ ਧਾਰਮਿਕ ਵਿੰਗ ਦੇ ਮੁਖੀ ਹਨ, ਅਤੇ ਆ ਉਹਨਾਂ ਨੇ ਪੱਕਾ ਹੀ ਇੱਥੇ ਡੇਰਾ ਲਾਇਆ ਅਤੇ ਇੱਥੇ ਹੀ ਗੱਡੀ ਖੜ੍ਹੀ ਕੀਤੀ ਹੋਈ, ਉਹਨਾਂ ਨੇ ਦਿਨ ਰਾਤ ਇੱਥੇ ਹੀ ਰਹਿੰਦੇ ਨੇ। ਅਤੇ ਨਾਲ ਨਾਲ ਹੀ ਮੈਂ ਬੇਨਤੀ ਕਰਾਂ ਕਿ ਸੰਗਤਾਂ ਦੇ ਇਸ ਕੈਂਪ ਦੇ ਵਿੱਚ ਬਹੁਤ ਸਾਰੇ ਹੋਰ ਸੰਗਤਾਂ ਨੇ ਵੀ, ਸੰਗਤ ਏਡ UK ਜੋ ਸੰਗਤ TV ਵੱਲੋਂ ਭਾਈ ਰਣਧੀਰ ਸਿੰਘ ਹੋਣਾ ਨੇ ਸੇਵਾ ਕੀਤੀ ਸੀ ਇਹਨਾਂ ਟੈਂਟਾਂ ਦੀ, ਇਹਦੇ ਵਿੱਚ ਵੀ ਸੰਗਤਾਂ ਬਸਾਮ ਕਰਦੀਆਂ ਜਿੱਥੇ ਇੰਟਰਨੈਸ਼ਨਲ ਪੰਥਕ ਦਲ ਦਾ ਕੈਂਪ ਹੈ, ਇਹਦੇ ਕੈਂਪ ਵਿੱਚ ਇਹਨਾਂ ਨੇ ਵੀ ਵੱਡੀਆਂ ਸਭਾਵਾਂ ਨਿਭਾਈਆਂ। ਸੋ ਸੰਗਤ ਏਡ UK ਦਾ ਭਾਈ ਰਣਜੀਤ ਸਿੰਘ ਹੋਰਾਂ ਦਾ, ਜਿਨ੍ਹਾਂ ਨੇ 2 ਵਾਰੀ 3 ਵਾਰੀ ਇੱਥੇ ਆ ਕੇ ਵੀ ਸਾਡੇ ਨਾਲ ਸੇਵਾ ਦੇ ਵਿੱਚ ਹਿੱਸਾ ਪਾਇਆ, ਸੋ ਉਦਾਸ ਭਾਈ ਰਣਧੀਰ ਸਿੰਘ ਹੋਰਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹੈ, ਜਿਹੜੀਆਂ ਇੱਥੇ ਹੋਰ ਵੀ ਲੰਗਰਾਂ ਦੇ ਵਿੱਚ ਸੇਵਾਵਾਂ ਨਿਭਾ ਰਹੇ ਹਨ। ਸੋ ਉਹਨਾਂ ਦਾ ਬਹੁਤ ਬਹੁਤ ਆਸ ਰਿਣੀ ਹੈ। ਸੋ ਇੱਥੇ ਜੋ ਲੰਗਰ ਦੀ ਸੇਵਾ ਚੱਲਦੀ ਆ ਦਿਨ ਰਾਤ, ਇਹ ਸੇਵਾ ਵਿੱਚ ਵੱਖ ਵੱਖ ਥਾਵਾਂ ਤੋਂ ਬੀਬੀਆਂ ਆਉਂਦੀਆਂ ਹਨ, ਸਿੰਘ ਆਉਂਦੇ ਹਨ, ਅਤੇ ਇਹ ਸਿੰਘ ਦਿਨ ਰਾਤ ਸੇਵਾ ਕਰਕੇ ਰਾਤ ਨੂੰ ਕੋਈ 2 ਵਜੇ ਵੀ ਆ ਜਾਵੇ ਤਾਂ ਵੀ ਗੁਰੂ ਦਾ ਲੰਗਰ ਤਿਆਰ ਬਰਤਿਆਰ ਮਿਲਦਾ ਹੈ। ਇਹ ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ ਕਿ ਜਿੰਨਾ ਵੱਡਾ ਸੰਘਰਸ਼ ਚੱਲ ਰਿਹਾ ਉਨੀ ਵੱਡੀ ਉਹ ਸੇਵਾ ਚੱਲ ਰਹੀ ਹੈ। ਇੰਟਰਨੈਸ਼ਨਲ ਪੰਥਕ ਦਲ ਨੇ ਇਹ ਬੇਨਤੀ ਕੀਤੀ ਸੀ ਕਿ ਜਦੋਂ ਤੱਕ ਸਿੱਖਾਂ ਦਾ ਇਹ ਸੇਵਾ ਦਾ ਕਰਮ ਮਹਾਰਾਜ ਨੇ ਬਖਸ਼ਿਆ ਹੈ, ਜਦੋਂ ਤੱਕ ਕਿਸਾਨਾਂ ਦੀ ਇਹ ਸੰਘਰਸ਼ ਦੀ ਲੜਾਈ ਚੱਲਦੀ ਰਹੇਗੀ ਉਦੋਂ ਤੱਕ ਸਾਡੀਆਂ ਸੇਵਾਵਾਂ ਰਿਹਾਇਸ਼ ਦੀਆਂ, ਇਸੇ ਤਰ੍ਹਾਂ ਮੈਡੀਕਲ ਦੀਆਂ, ਲੰਗਰ ਦੀਆਂ, ਪਾਣੀ ਦੀਆਂ, ਇਹ ਸੇਵਾਵਾਂ ਨਿਰੰਤਰ ਚੱਲਦੀਆਂ ਰਹਿਣਗੀਆਂ। ਥੋੜ੍ਹਾ ਜਿਹਾ ਦ੍ਰਿਸ਼ ਨੂੰ ਉਹ ਵੀ ਦਰਸ਼ਨ ਕਰਾਉਂਦੇ ਹਾਂ ਜਿੱਥੇ ਸੰਗਤਾਂ ਆ ਕੇ ਰਾਤ ਨੂੰ ਵਿਸ਼ਰਾਮ ਕਰਦੀਆਂ, ਰਾਤ ਖੁਦ ਬੀਬੀਆਂ 60-70 ਦੀ ਗਿਣਤੀ ਦੇ ਵਿੱਚ ਜੋ ਬੀਬੀਆਂ ਹਰਿਆਣੇ ਤੋਂ ਆਈਆਂ, ਉਹਨਾਂ ਨੇ ਬਾਬਾ ਸਤਨਾਮ ਸਿੰਘ ਜੀ ਬਲੀਆਂ ਵਾਲਿਆਂ ਨੂੰ ਕਿਹਾ ਕਿ ਅਸੀਂ ਇੱਥੇ ਅੱਜ ਦਾ ਦਿਨ ਰਹਿਣ ਬਸੇਰਾ ਕਰਨਾ ਹੈ। ਸੋ ਇਹ ਜੋ ਹੈ ਰਹਿਣ ਬਸੇਰਾ ਜੋ ਸੰਗਤਾਂ ਦੇ
ਰਹਿਣ ਵਾਸਤੇ ਇੱਥੇ ਦਿੱਤਾ ਗਿਆ ਹੈ। ਸੋ ਜਦੋਂ ਵੀ ਆ ਕੇ ਸੰਗਤਾਂ ਇੱਥੇ ਬਿਨਾਂ ਵਿਤਕਰੇ ਤੋਂ ਕੋਈ ਵੀ ਆ ਕੇ ਇੱਥੇ ਬੀਬੀਆਂ ਰਹਿ ਸਕਦੀਆਂ ਹਨ, ਸਿੰਘ ਰਹਿ ਸਕਦੇ ਹਨ। ਵੱਖਰੇ ਵੱਖਰੇ ਕੈਂਪ ਲਾਏ ਆ, ਇੱਕ ਪਾਸੇ ਬੀਬੀਆਂ ਦਾ ਕੈਂਪ ਹੈ ਅਤੇ ਦੂਸਰੇ ਪਾਸੇ ਸਿੰਘਾਂ ਦਾ ਕੈਂਪ ਹੈ, ਉਹ ਆ ਕੇ ਸੇਵਾ ਕਰ ਸਕਦੇ ਆ। ਇਸ ਸੇਵਾ ਲਈ ਦਾਸ ਸਮੂਹ ਦੇਸ਼ ਅਤੇ ਵਿਦੇਸ਼ ਦੀਆਂ ਸੰਗਤਾਂ ਦਾ, ਖਾਸ ਕਰਕੇ ਇੰਟਰਨੈਸ਼ਨਲ ਪੰਥਕ ਦਲ ਦੇ ਜਿੰਨੇ ਵੀ ਅਧਿਕਾਰੀ ਹਨ, ਜਿੰਨੇ ਵੀ ਅਹੁਦੇਦਾਰ ਹਨ, ਜਿੰਨੇ ਵੀ ਵਰਕਰ ਹਨ, ਸਾਰਿਆਂ ਦਾ ਦਾਸ ਤਹਿ ਦਿਲੋਂ ਧੰਨਵਾਦ ਕਰਦਾ। ਖਾਸ ਕਰਕੇ ਪੰਜਾਬ ਵਿੱਚੋਂ ਵੀ ਜੋ ਸਿੰਘ ਆਉਂਦੇ ਨੇ ਨਿਰੰਤਰ ਸੇਵਾ ਵਿੱਚ ਜੁਟੇ ਰਹਿੰਦੇ ਹਨ ਅਤੇ ਵਾਰੀ ਵਾਰੀ ਆ ਕੇ ਇੱਥੇ ਲੰਗਰਾਂ ਦੇ ਵਿੱਚ ਸੇਵਾ ਨਿਭਾਉਂਦੇ ਆ, ਉਹਨਾਂ ਦਾ ਵੀ ਦਾਸ ਰਿਣੀ ਹੈ। ਸੋ ਇੰਨਾ ਲੰਮਾ ਸਮਾਂ ਆਪਣੇ ਘਰ ਵਰ ਦੀਆਂ ਸੇਵਾਵਾਂ ਛੱਡ ਕੇ, ਘਰ ਦੀਆਂ ਡਿਊਟੀਆਂ ਛੱਡ ਕੇ, ਸਾਰੀਆਂ ਜ਼ਿੰਮੇਵਾਰੀਆਂ ਨਾਲ ਨਾਲ ਨਿਭਾਉਂਦੇ ਹੋਏ ਇੱਥੇ ਜ਼ਿੰਮੇਵਾਰੀ ਨਿਭਾਉਣੀ, ਇਹ ਇੱਕ ਗੁਰੂ ਸਾਹਿਬ ਦੀ ਕਿਰਪਾ ਹੈ। ਬਾਕੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਹੀ ਸਾਰੀ ਰਹਿਮਤ ਕਰ ਰਹੇ ਹਨ, ਆਪ ਹੀ ਬਖਸ਼ਾਂ ਕਰ ਰਹੇ ਹਨ, ਨਹੀਂ ਤਾਂ ਭਾਈ ਇੰਨਾ ਕਾਰਜ ਕਰਨਾ ਬੜਾ ਮੁਸ਼ਕਲ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਹੀ ਜਿਹੜਾ ਉਹਨਾਂ ਨੇ 20 ਰੁਪਏ ਦਾ ਲੰਗਰ ਚਲਾ ਕੇ ਸੰਗਤਾਂ ਦੀ ਝੋਲੀ ਵਿੱਚ ਪਾਇਆ, ਇਹ ਅਟੁੱਟ ਲੰਗਰ ਦੁਨੀਆ 'ਤੇ ਵਰਤਦਾ ਰਹਿਣਾ, ਨਾ ਕਿ ਇੱਕ ਕੈਂਪ ਵਿੱਚ, ਨਾ ਇੱਕ ਲੰਗਰ ਵਿੱਚ, ਬਲਕਿ ਜਿੱਥੇ ਵੀ ਗੁਰੂ ਕੇ ਨਿਸ਼ਾਨ ਝੂਲਦੇ ਨੇ ਉੱਥੇ ਭਾਈ ਇਹ ਲੰਗਰ ਦੀ ਕਦੇ ਵੀ ਤਰੁੱਟੀ ਨਹੀਂ ਆ ਸਕਦੀ। ਸਤਿਗੁਰੂ ਰਹਿਮਤ ਕਰਨ, ਕਿਰਪਾ ਕਰਨ, ਜੋ ਕਾਲੇ ਬਿੱਲ ਲਿਆਉਂਦੇ ਨੇ ਕਿਸਾਨੀ ਦੇ ਸੰਬੰਧ ਵਿੱਚ ਗੌਰਮੈਂਟ ਨੇ, ਉਹਨਾਂ ਨੂੰ ਜਲਦੀ ਖਤਮ ਕਰਕੇ ਇਹ ਸੰਘਰਸ਼ ਦੇ ਵਿੱਚ ਕਾਮਯਾਬੀ ਮਿਲੇ, ਫਤਿਹਯਾਬੀ ਮਿਲੇ, ਇਹੀ ਸਾਰਿਆਂ ਦੀ ਕਾਮਨਾ ਹੈ। ਇਸ ਲਈ ਸਾਨੂੰ ਸਭ ਨੂੰ ਅਰਦਾਸ ਕਰਨੀ ਚਾਹੀਦੀ, ਗੁਰੂ ਸਾਹਿਬ ਫਤਿਹਯਾਬੀ ਬਖਸ਼ਣ। ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।